ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਕੁਝ ਲੋਕਾਂ ਦਾ ਮੰਨਣਾ ਕਿ ਪੰਜਾਬ ਦੀ ਲਿਕਰ ਪਾਲਿਸੀ ਜਾਂ ਸ਼ਰਾਬ ਪਾਲਿਸੀ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਯਾਨੀ ਕਿ ਚੋਣ ਕਮਿਸ਼ਨ ਨੇ ਭਾਰਤ ਦੇ ਇਜਾਜ਼ਤ ਨਾ ਦੇ ਕੇ ਜਾਂ ਪਰਮਿਸ਼ਨ ਨਾ ਦੇ ਕੇ ਕਿ ਇਸ ਨੂੰ ਹਜੇ ਲਾਗੂ ਕੀਤਾ ਜਾਵੇ ਸ਼ਾਇਦ ਕਹਿੰਦੇ ਚੰਗਾ ਕੰਮ ਕੀਤਾ ਉਹ ਚੰਗਾ ਕੰਮ ਇਸ ਕਰਕੇ ਕਹਿ ਰਹੇ ਆ ਕਿ ਡਿੜਬੇ ਵਰਗੀਆਂ ਘਟਨਾਵਾਂ ਕਿਤੇ ਹੋਰ ਪੰਜਾਬ ਦੇ ਵਿੱਚ ਨਾ ਹੋ ਜਾਣ ਲੋਕ ਕਿਤੇ ਸ਼ਰਾਬ ਪੀ ਕੇ ਮਰ ਨ ਜਾਣ ਇਹਨਾਂ ਨੇ ਆਪਣੀ ਸਲਾਣਾ ਪਾਲਿਸੀ ਜਿਹੜੀ ਬਣਾਈ ਆ ਪੰਜਾਬ ਦੇ ਐਕਸਾਈਜ਼ ਵਿਭਾਗ ਨੇ ਉਹ 10000 ਕਰੋੜ ਰੁਪਏ ਤੋਂ ਵੀ ਵੱਧ ਇਹ ਕਮਾਉਣਾ ਚਾਹੁੰਦੇ ਆ ਪਰ ਕੀ ਇਹ ਲੋਕਾਂ ਨੂੰ ਅਡਲਟਰੇਟਡ ਜ਼ਹਿਰੀਲੀ ਹੂਜ ਇਸ ਤਰ੍ਹਾਂ ਦੀ ਸ਼ਰਾਬ ਪਿਉਣਾ ਚਾਹੁੰਦੇ ਆ ਜਿਹੜੀ ਮਿਲਾਵਟੀ ਹੋਵੇ ਔਰ ਜਿਸ ਕਰਕੇ ਲੋਕਾਂ ਦੀ ਮੌਤ ਹੋ ਜੇ ਇਹ ਡਿੜਬੇ ਦੇ ਵਿੱਚ ਹੋਇਆ ਔਰ 8 ਮੌਤਾਂ ਹੋ ਗਈਆਂ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਇਸ ਤੋਂ ਬਾਅਦ ਸਰਕਾਰ ਨੇ ਕੀਤਾ ਕੀ ਕਿਉਂਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਜਾਂ ਟਿੱਪਣੀ ਦੇ ਰਹੇ ਆ ਐਕਸਾਈਜ਼ ਵਿਭਾਗ ਦੇ ਮਨਿਸਟਰ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਹਰਪਾਲ ਸਿੰਘ ਚੀਮਾ ਉਹ ਵੀ ਲੱਗਦਾ ਕੇਵਲ ਤੇ ਕੇਵਲ ਇੱਕ ਫਰਜ਼ੀ ਨਿਭਾ ਰਹੇ ਆ ਕਹਿੰਦੇ ਅਸੀਂ ਇਨਕੁਆਰੀ ਕਰਾਵਾਂਗੇ ਪਰ ਇੱਕ ਜਿਹੜੀ ਕੜੀ ਜਾਂ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਉਹ ਸਾਨੂੰ ਨਜ਼ਰ ਨਹੀਂ ਆ ਰਹੀ ਵੈਸੇ ਆਪਣੇ ਆਪ ਦੇ ਵਿੱਚ ਇੱਕ ਸੰਜੋਗ ਹੀ ਆ ਕਿ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਬੀਤੇ ਕੱਲ ਈਡੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੀ ਗ੍ਰਿਫਤਾਰੀ ਵੀ ਇੱਕ ਸ਼ਰਾਬ ਪਾਲਿਸੀ ਦੇ ਮਾਮਲੇ ਦੇ ਵਿੱਚ ਹੀ ਹੋਈ ਆ ਕਹਿੰਦੇ ਇਹਨਾਂ ਨੇ ਰਿਸ਼ਵਤਾਂ ਲੈ ਲੀਆਂ ਮੇਰਾ ਮੰਨਣਾ ਹੋ ਸਕਦਾ ਤੁਸੀਂ ਅਰਵਿੰਦ ਕੇਜਰੀਵਾਲ ਤੋਂ ਸਹਿਮਤ ਨਾ ਹੋ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਾ ਹੋ ਇਹਨਾਂ ਦੀ ਕੀ ਆਈਡਿਓਲੋਜੀ ਆ ਕੰਮ ਕਿਸ ਤਰ੍ਹਾਂ ਕਰਦੇ ਨੇ ਕੰਮ ਕਰਨ ਦਾ ਸਟਾਈਲ ਵੱਖਰਾ ਹੋਵੇ ਉਸ ਨਾਲ ਅਸੀਂ ਸਹਿਮਤ ਨਾ ਹੋਈਏ ਪਰ ਇੱਕ ਗੱਲ ਜ਼ਰੂਰ ਆ ਜਿਸ ਤਰ੍ਹਾਂ ਲਗਾਤਾਰ ਭਾਰਤ ਦੇ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਇਹ ਪਿਛਲੇ 2 ਮਹੀਨਿਆਂ ਦੇ ਵਿੱਚ ਦੂਸਰਾ ਮੁੱਖ ਮੰਤਰੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਰਿਹਾ ਔਰ ਉਸ ਵਕਤ ਸੁਟਿਆ ਜਾ ਰਿਹਾ ਜਦੋਂ ਸਾਡੇ ਭਾਰਤ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਲੋਕ ਸਭਾ ਦੀਆਂ ਤੇ ਮੈਨੂੰ ਲੱਗਦਾ ਇਹ ਭਾਰਤ ਦਾ ਜਿਹੜਾ ਲੋਕਤੰਤਰਾ ਜੀ ਨੂੰ ਸੀ ਰੋਜ਼ ਕਹਿੰਨੇ ਆ ਕਿ ਖਤਰੇ ਦੇ ਵਿੱਚ ਆ ਆਖਿਰਕਾਰ ਇਹ ਖਤਰੇ ਦੇ ਵਿੱਚ ਆ ਚੁੱਕਾ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਉਂਕਿ ਇਸ ਵਕਤ ਸੁਣਵਾਈ ਚੱਲ ਰਹੀ ਆ ਉਹਨਾਂ ਦੀ ਸਪਰੀਮ ਕੋਰਟ ਨੇ ਘਟੋ-ਘਟ ਮੰਨ ਲਿਆ ਕਿ ਚਲੋ ਅਸੀਂ ਤੁਹਾਡੇ ਕੇਸ ਦੀ ਸੁਣਵਾਈ ਕਰਦੇ ਹਾਂ ਕਿਉਂਕਿ ਇਹ ਇੱਕ ਅਰਜੈਂਟ ਮੈਟਰ ਆ ਗੱਲ ਅਸੀਂ ਇੱਕ ਹੋਰ ਕਰਾਂਗੇ ਡੀਆਈਜੀ ਇੰਦਰਬੀਰ ਸਿੰਘ ਦੀ ਦੁਬਾਰਾ ਇਸ ਕਰਕੇ ਕਿਉਂਕਿ ਤਰਨਤਾਰਨ ਕੋਰਟ ਨੇ ਇਸ ਆਈਪੀਐਸ ਅਫਸਰ ਨੂੰ ਜਿਸ ਤੇ ਬੜੇ ਸੰਗੀਨ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਇਸ ਨੂੰ 1 April ਨੂੰ ਆਪਣੀ ਅਦਾਲਤ ਦੇ ਵਿੱਚ ਤਲਬ ਕਰ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਗ੍ਰਹਿ ਮੰਤਰੀ ਵੀ ਨੇ ਇਸੇ ਸੂਬੇ ਦੇ ਇਹਨਾਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਨੀ ਦੇਖਦੇ ਆ ਕਿ ਕੋਰਟ ਘਟੋ ਘਟ ਇਸ ਆਈਪੀਐਸ ਅਫਸਰ ਤੇ ਜਿਸ ਦੇ ਬੜੇ ਸੰਗੀਨ ਦੋਸ਼ ਨੇ ਉਸ ਤੇ ਕੋਈ ਕਾਰਵਾਈ ਕਰਦਾ ਗੱਲ ਅਸੀਂ ਇਹ ਵੀ ਕਰਾਂਗੇ ਕਿ ਬੀਤੇ ਕੱਲ ਕਾਂਗਰਸ ਨੂੰ ਮਲਿਕਾ ਅਰਜਨ ਖੜਗੇ ਵੀ ਸੀ ਰਾਹੁਲ ਗਾਂਧੀ ਵੀ ਸੀ ਸੋਨੀਆ ਗਾਂਧੀ ਵੀ ਸੀ ਸਾਰੇ ਨੈਸ਼ਨਲ ਲੈਵਲ ਦੇ ਲੀਡਰ ਆ ਇਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਪਈ ਕਹਿੰਦੇ ਸਾਡੇ ਤਾਂ ਖਾਤੇ ਹੀ ਫ੍ਰੀਜ਼ ਕਰਤੇ ਸਾਡੇ 11 ਬੈਂਕ ਖਾਤੇ ਪੂਰੇ ਭਾਰਤ ਦੇ ਵਿੱਚ ਫ੍ਰੀਜ਼ ਕਰਤੇ ਆ ਬੰਦ ਕਰਤੇ ਆ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਚੋਣਾਂ ਦਾ ਪ੍ਰਚਾਰ ਕਿਸ ਤਰ੍ਹਾਂ ਕਰੀਏ। ਇਹੀ ਤਾਂ ਮੈਂ ਕਹਿ ਰਿਹਾ ਤਾਨਾਸ਼ਾਈ। ਇਹੀ ਲੋਕਤੰਤਰ ਦੇ ਵਿੱਚ ਕਿਸ ਤਰ੍ਹਾਂ ਆਪਣੇ ਪੈਰ ਪਸਾਰ ਰਹੀ ਹੈ ਉਸ ਦੀ ਫਿਰ ਇਹ ਤਾਜ਼ਾ ਉਦਾਹਰਨਾ ਮੁੱਖ ਮੰਤਰੀਆਂ ਨੂੰ ਚੱਕ ਕੇ ਜੇਲ੍ਹ 'ਚ ਸੁੱਟ ਦੋ, ਵਿਰੋਧੀ ਪਾਰਟੀਆਂ ਦੇ ਖਾਤੇ ਫ੍ਰੀਜ਼ ਕਰ ਦੋ, ਇਸੇ ਤਰ੍ਹਾਂ ਤਾਂ ਆਪਾਂ ਇਹ ਲੋਕਤੰਤਰ ਚਲਾਉਣਾ ਤੇ ਅਖੀਰ ਤੇ ਮੈਂ ਤੁਹਾਨੂੰ ਦੱਸੂਗਾ ਕਿ ਇੱਕ ਕਾਨੂੰਨ ਦੇ ਵਿੱਚ ਤਰਮੀਮ ਕੀਤੀ ਗਈ ਹੈ ਇੱਕ ਸੋਧ ਕੀਤੀ ਗਈ ਹੈ ਐਮੈਂਡਮੈਂਟ ਕੀਤੀ ਗਈ ਹੈ ਤਾਂ ਕਿ ਸੋਸ਼ਲ ਮੀਡੀਆ ਤੇ ਜੋ ਅਸੀਂ ਬੋਲਦੇ ਆ ਚਾਹੇ ਉਹ ਖਬਰਾਂ ਦੇ ਮਾਧਮ ਦੇ ਰਾਹੀਂ ਚਾਹੇ ਕੋਈ ਮਜ਼ਾਈਆ ਕਲਾਕਾਰ ਆ ਜੋ ਕੋ ਪੋਲਿਟিক্যাল ਸਟਾਇਰ ਕਰਦਾ ਕਿਸੇ ਤੇ ਵਿਅੰਗ ਕਰਦਾ ਇਹਨਾਂ ਸਾਰਿਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ ਦੋ ਦਿਨ ਹੋ ਗਏ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਫੇਰ ਇੱਕ ਵਾਰੀ ਡੰਡਾ ਚਲਾ ਕੇ ਇਸ ਉੱਤੇ ਰੋਕ ਲਾਤੀ ਆ ਇਹ ਵੀ ਮੈਂ ਤੁਹਾਨੂੰ ਸਾਰਾ ਸਮਝਾਉਂਗਾ ਤੇ ਤੁਹਾਡਾ ਲਗਾਤਾਰ ਸ਼ੁਕਰੀਆ ਅਦਾ ਕਰਨ ਨੂੰ ਇਸ ਕਰਕੇ ਦਿਲ ਕਰਦਾ ਕਿ ਤੁਸੀਂ ਆਪਣਾ ਭਰਪੂਰ ਸਮਰਥਨ ਸਾਨੂੰ ਦੇ ਰਹੇ ਦਿੜਬਾ ਦਿੜਬਾ ਦਾ ਅਸਲ ਪੰਜਾਬ ਦੇ ਵਿੱਤ ਮੰਤਰੀ ਜਾਂ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੌਨਸਟਿਟੂਐਂਸੀ ਆ ਜਾਂ ਉਹਨਾਂ ਦਾ ਹਲਕਾ ਵਿਧਾਨ ਸਭਾ ਦਾ ਜਿੱਥੇ ਉਹ ਐਮਐਲਏ ਬਣੇ ਆ ਇਸੇ ਤਰ੍ਹਾਂ ਡਿੜਬਾ ਆਉਂਦਾ ਕਿੱਥੇ ਆ ਇਹ ਸੰਗਰੂਰ ਦੇ ਵਿੱਚ ਆਉਂਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਮ ਡਿਸਟ੍ਰਿਕਟ ਆ ਉਹਨਾਂ ਦਾ ਆਪਣਾ ਜ਼ਿਲ੍ਹਾ ਔਰ ਇਸੇ ਸੰਗਰੂਰ ਤੋਂ ਇਹ ਦੋ ਵਾਰੀ ਮੈਂਬਰ ਪਾਰਲੀਮੈਂਟ ਵੀ ਬਣੇ ਆ ਹੁਣ ਹੋਇਆ ਕੀ ਹੋਇਆ ਡਿੜਬੇ ਦੇ ਵਿੱਚ ਇਹ ਕਿ ਉੱਥੇ ਜ਼ਹਿਰੀਲੀ ਸ਼ਰਾਬ ਦੇ ਨਾਲ ਹਜੇ ਤੱਕ 8 ਮੌਤਾਂ ਹੋ ਚੁੱਕੀਆਂ ਨੇ ਤੇ ਹਜੇ ਵੀ ਕਈ ਵਿਅਕਤੀ ਲਗਭਗ 7 ਤੋਂ 8 ਵਿਅਕਤੀ ਇਸ ਵਕਤ ਰਜਿੰਦਰਾ ਹਸਪੀਟਲ ਦੇ ਵਿੱਚ ਉਥੋਂ ਦੇ ਹਸਪਤਾਲ ਦੇ ਵਿੱਚ ਜ਼ਹਿਰੇ ਇਲਾਜ ਨੇ ਉਹਨਾਂ ਦਾ ਇਲਾਜ ਇਸ ਕਰਕੇ ਹੋ ਰਿਹਾ ਕਿ ਉਹਨਾਂ ਨੇ ਜ਼ਹਿਰੀਲੀ ਸ਼ਰਾਬ ਪੀ ਲਈ ਹੁਣ ਤੁਸੀਂ ਕਹੋਗੇ ਕਿ ਇਹਦੇ ਵਿੱਚ ਵੱਡੀ ਗੱਲ ਕੀ ਹੈ ਵੱਡੀ ਗੱਲ ਇਹਦੇ ਵਿੱਚ ਇਹ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਹੀ ਸਰਕਾਰ ਸ਼ਰਾਬ ਦੀ ਪਾਲਿਸੀ ਬਣਾਉਂਦੀ ਆ ਆਮ ਆਦਮੀ ਪਾਰਟੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਇਸ ਉੱਤੇ ਫਖਰ ਮਹਿਸੂਸ ਕਰ ਰਹੀ ਸੀ ਕਿ ਦੇਖੋ ਜੀ ਉਹਨਾਂ ਨੇ ਤਾਂ ਬਹੁਤ ਵੱਡੀ ਇੱਕ ਪਾਲਿਸੀ ਲੈ ਆਂਦੀ ਤੇ ਸਾਲਾਨਾ ਅਸੀਂ ਘੱਟੋ-ਘੱਟ 1.5 ਹਜ਼ਾਰ ਕਰੋੜ ਦਾ ਬਿਜ਼ਨਸ ਕਰਾਂਗੇ ਲੋਕਾਂ ਨੂੰ 55 ਕਰੋੜ ਤੇ 50 ਲੱਖ ਸ਼ਰਾਬ ਦੀਆਂ ਬੋਤਲਾਂ ਪਿਆਵਾਂਗੇ ਉਹ ਸ਼ਰਾਬ ਪੀਣਗੇ ਸਾਨੂੰ ਟੈਕਸ ਦੇਣਗੇ ਸਾਡੇ ਕੋਲ ਮਾਲੀਆ ਇਕੱਠਾ ਹੋਊਗਾ ਤੇ ਇਹਨਾਂ ਦਾ ਕਹਿਣਾ ਤਾਂ ਇਹ ਸੀ ਕਿ ਅਸੀਂ ਲੋਕਾਂ ਤੇ ਲਾ ਕੇ ਉਹਨਾਂ ਦਾ ਵੈਲਫੇਅਰ ਕਰਾਂਗੇ ਉਹਨਾਂ ਦੀ ਤਰੱਕੀ ਕਰਾਂਗੇ ਪਰ ਉਦੋਂ ਕੀ ਹੋਊਗਾ ਜਦੋਂ ਤੁਹਾਡੇ ਮਹਿਕਮੇ ਦੇ ਨੱਕ ਥੱਲੇ ਇਹੀ ਠੇਕੇਦਾਰ ਜਿਨ੍ਹਾਂ ਨੂੰ ਤੁਸੀਂ ਠੇਕੇ ਦਿੰਨੇ ਹੋ ਉਹ ਜ਼ਹਿਰੀਲੀ ਸ਼ਰਾਬ ਵੇਚਣਗੇ ਲੋਕਾਂ ਨੂੰ ਅਡਲਟ ਰੇਟਡ ਮਿਲਾਵਟੀ ਸ਼ਰਾਬ ਪਿਆ ਕੇ ਉਹਨਾਂ ਦੀਆਂ ਜਾਨਾਂ ਲੈ ਲੈਣਗੇ ਇਸ ਉੱਤੇ ਜਦੋਂ ਮੁੱਖ ਮੰਤਰੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾ ਕੁਝ ਬੋਲਣਾ ਵਾਕਿਆ ਲੋਕਾਂ ਨੂੰ ਇਸ ਗੱਲ ਉੱਤੇ ਬੜੀ ਮਯੂਸੀ ਹੋਈ ਇਸੇ ਤਰ੍ਹਾਂ ਹਰਪਾਲ ਸਿੰਘ ਚੀਮਾ ਜਿਹੜੇ ਇਸ ਮਹਿਕਮੇ ਦੀ ਦੇਖਰੇਖ ਕਰਦੇ ਨੇ ਜਿਨ੍ਹਾਂ ਕੋਲੇ ਇਸ ਮਹਿਕਮੇ ਦਾ ਪੋਰਟਫੋਲੀਓ ਆ ਜਦੋਂ ਤੁਸੀਂ ਸਾਰਾ ਮਾਲੀਆ ਕਮਾਉਨੇ ਹੋ ਤੇ ਜੇ ਇਸੇ ਮਾਲੀਏ ਕਰਕੇ ਜਾਂ ਸ਼ਰਾਬ ਕਰਕੇ ਜਿਸ ਦੇ ਜ਼ਰੀਏ ਤੁਸੀਂ ਕਮਾਉਨੇ ਹੋ ਤੇ ਤੁਸੀਂ ਲੋਕਾਂ ਦੀ ਜਾਨਾ ਲੈਨੇ ਹੋ ਜਿਹੜੇ ਲੋਕ ਲੈਂਦੇ ਨੇ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ ਜਾਂ ਉਹਨਾਂ ਉੱਤੇ ਸਖਤ ਕਾਰਵਾਈ ਨਹੀਂ ਕਰਦੇ ਤੇ ਫਿਰ ਲੋਕਾਂ ਨੂੰ ਬਯੂਸੀ ਹੁੰਦੀ ਆ ਡਿਸਪਾਇੰਟਮੈਂਟ ਹੁੰਦੀ ਆ ਕਾਰਨ ਇਹ ਆ ਕਿ ਤੁਸੀਂ ਯਾਦ ਕਰੋ ਸਨ 2020 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਤਨਤਾਰਨ ਦੇ ਵਿੱਚ ਸਾਡੇ ਬਾਰਡਰ ਦੇ ਹਲਕਿਆਂ ਦੇ ਵਿੱਚ ਇਸੇ ਤਰ੍ਹਾਂ ਦੀ ਟ੍ਰੈਜੇਡੀ ਹੋਈ ਸੀ 120 ਬੰਦੇ ਮਾਰੇ ਗਏ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਵੇਲੇ ਔਰ ਉਸ ਵਕਤ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਜੋ ਮੌਜੂਦਾ ਨੇ ਉਸ ਵਕਤ ਪ੍ਰਧਾਨ ਸੀ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਬੜਾ ਰੌਲਾ ਪਾਇਆ ਸੀ ਭਗਵੰਤ ਮਾਨ ਨੇ ਇਸੇ ਤਰ੍ਹਾਂ ਆਪੋਜੀਸ਼ਨ ਦੇ ਲੀਡਰ ਸੀ ਹਰਪਾਲ ਸਿੰਘ ਚੀਮਾ ਇਹ ਤਾਂ ਕਹਿੰਦੇ ਸੀ ਕਿ ਉਸ ਵਕਤ ਦੀ ਸਰਕਾਰ ਤੇ 302 ਦਾ ਮੁਕੱਦਮਾ ਕ੍ਰਿਮੀਨਲ ਮੁਕੱਦਮਾ ਦਾਇਰ ਹੋਣਾ ਚਾਹੀਦਾ ਇਹ ਤਾਂ ਵੱਖਰੀ ਗੱਲ ਆ ਕਿ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ ਖੈਰ ਉਹਦੀ ਇਨਕੁਆਇਰੀ ਹੋਈ ਕੁਝ ਬੰਦੇ ਉਹਦੇ ਵਿੱਚ ਫੜੇ ਗਏ ਹੁਣ ਇਹ ਵੀ ਕਹਿ ਰਹੇ ਆ ਕਿ ਅਸੀਂ ਕੁਝ ਬੰਦੇ ਫੜੇ ਆ ਇਹਦਾ ਮਤਲਬ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਹੁੰਦਾ ਕੁਝ ਨਹੀਂ ਉਸੇ ਤਰ੍ਹਾਂ ਇਹ ਲੋਕ ਕੀ ਇਹ ਸ਼ਰਾਬ ਬਾਹਰੋਂ ਆਈ ਕਿ ਇਹ ਸਮਗਲ ਹੋ ਕੇ ਆਈ ਜਾਂ ਇੱਥੇ ਇਹਦੀ ਬੋਟਲਿੰਗ ਕੀਤੀ ਗਈ ਜਾਂ ਇੱਥੋਂ ਦੇ ਕੋਈ ਠੇਕੇਦਾਰ ਮਿਲੇ ਹੋਏ ਸੀ ਕੌਣ ਲੋਕ ਸੀ ਘੱਟੋ-ਘੱਟ ਇਸ ਉੱਤੇ ਕੋਈ ਚੰਗੀ ਤਰ੍ਹਾਂ ਕੋਈ ਸਟੇਟਮੈਂਟ ਤਾਂ ਦਿਓ ਪਰ ਤੁਹਾਨੂੰ ਇਹਨਾਂ ਗੱਲਾਂ ਨਾਲ ਕੁਝ ਲੈਣਾ ਨਹੀਂ ਤੁਹਾਨੂੰ ਤਾਂ ਇਹ ਲੱਗਦਾ ਕਿ ਦੇਖੋ ਜੀ ਇਸ ਸ਼ਰਾਬ ਤੋਂ ਮਾਲੀਆ ਬਹੁਤ ਆਉਂਦਾ ਸੋ ਇਸ ਟਰੈਜੇਡੀ ਨੂੰ ਇਸ ਘਟਨਾ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਦਬਾ ਦਿੱਤਾ ਜਾਵੇ ਜਾਂ ਇਸ ਉੱਤੇ ਕਿਸੇ ਤਰ੍ਹਾਂ ਪਰਦਾ ਪਾ ਦਿੱਤਾ ਜਾਵੇ ਤਾਂ ਕਿ ਸਾਨੂੰ ਇਸ ਦੀ ਤਫ਼ਤੀਸ਼ ਜਾਂ ਤਕੀਕਾਤ ਨਾ ਕਰਨੀ ਪਵੇ ਤੇ ਜੇ ਇਸ ਟਰੈਜੇਡੀ ਪਿੱਛੇ ਇਸ ਘਟਨਾ ਦੇ ਪਿੱਛੇ ਕੋਈ ਵੱਡੇ ਜਾਂ ਇਨਫਲੂਐਂਸਿੰਗ ਬੰਦੇ ਨੇ ਜਿਨ੍ਹਾਂ ਦਾ ਇਨਫਲੂਐਂਸ ਸੋਸਾਇਟੀ ਦੇ ਵਿੱਚ ਇਸ ਸਮਾਜ ਦੇ ਵਿੱਚ ਬਹੁਤ ਆ ਤੇ ਫਿਰ ਤੁਸੀਂ ਉਹਨਾਂ ਨੂੰ ਹੋ ਸਕਦਾ ਬਚਾਉਣਾ ਵੀ ਸ਼ੁਰੂ ਕਰ ਦੋ ਇਸ ਸਾਰੀ ਘਟਨਾ ਨੇ ਫਿਰ ਪੰਜਾਬ ਨੂੰ ਇਸ ਗੱਲ ਉੱਤੇ ਲੈ ਕੇ ਆਂਦਾ ਕਿ ਠੀਕ ਹੈ ਤੁਸੀਂ ਤਾਂ ਵੈਸੇ ਵਿਧਾਨ ਸਭਾ ਦੇ ਵਿੱਚ ਮੈਨੂੰ ਗੱਲ ਯਾਦ ਆ ਗਈ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਤਾਂ ਹੁਣ ਡੋਡਿਆਂ ਦੀ ਫੀਮ ਦੀ ਪੋਸਟ ਦੀ ਖੇਤੀ ਕਰਨਾ ਚਾਹੁੰਦੇ ਹੋ ਉਸ ਲਈ ਤੁਸੀਂ ਆਪਣੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਹਾ ਕਿ ਤੁਸੀਂ ਇਸ ਬਾਰੇ ਦੋ ਸਾਲ ਨੂੰ ਰਿਪੋਰਟ ਕਿ ਕੀ ਅਸੀਂ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਤੋਂ ਲੋਕੀ ਆਲਰੇਡੀ ਤੁਹਾਡੇ ਤੋਂ ਬਹੁਤ ਦੁਖੀ ਨੇ ਕਿ ਪਹਿਲਾਂ ਪੰਜਾਬ ਨੂੰ ਨਸ਼ਿਆਂ ਨੇ ਮਾਰ ਰੱਖਿਆ ਤੇ ਤੁਸੀਂ ਦੇਖੋ ਆਹੀ ਚੀਜ਼ਾਂ ਨੇ ਲਿਕਰ ਪਿਉਨੇ ਹੋ ਤੁਸੀਂ ਸ਼ਰਾਬ ਪੀਉਨੇ ਹੋ ਇਸ ਉੱਤੇ ਇਤਿਹਾਦ ਨਹੀਂ ਵਰਤੇ ਕਿਸੇ ਤਰ੍ਹਾਂ ਦੇ ਚੈਕਸ ਐਂਡ ਬੈਲੈਂਸਸ ਨਹੀਂ ਆ ਐਸੇ ਕਰਕੇ ਲੋਕਾਂ ਨੂੰ ਇਹਨਾਂ ਘਟਨਾਵਾਂ ਦਾ ਉਹਨਾਂ ਦਾ ਵਿਕਟਮ ਬੰਨਣਾ ਪੈਂਦਾ ਜਾਂ ਇਹਨਾਂ ਘਟਨਾਵਾਂ ਕਰਕੇ ਉਹਨਾਂ ਦੀਆਂ ਜਾਨਾਂ ਜਾਂਦੀਆਂ ਨੇ ਲੋਕ ਜਿਹੜੇ ਆ ਉਹਨਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਹੁੰਦਾ ਹੁਣ ਦੇਖਦੇ ਆ ਨਾਲ ਹੀ ਗੱਲ ਇਸ ਦੇ ਇਹ ਵੀ ਕਰ ਲੈਣੇ ਆ ਕਿਉਂਕਿ ਇਹਦੇ ਨਾਲ ਗੱਲ ਅਰਵਿੰਦ ਕੇਜਰੀਵਾਲ ਦੀ ਵੀ ਜੁੜਦੀ ਆ ਵੈਸੇ ਮੈਂ ਇਹ ਦੱਸਦਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਹਰਪਾਲ ਸਿੰਘ ਚੀਮਾ ਨੂੰ ਕਿਹਾ ਕਿ ਘੱਟੋ-ਘੱਟ ਜੇ ਤੁਹਾਡੇ ਤੋਂ ਹੋਰ ਕੁਝ ਨਹੀਂ ਹੋ ਸਕਦਾ ਤੁਸੀਂ ਘੱਟੋ-ਘੱਟ ਰਿਜ਼ਾਈਨ ਤਾਂ ਕਰ ਦਿਓ ਇਸ ਆਪਣੇ ਅਹੁਦੇ ਨੂੰ ਤਾਂ ਛੱਡ ਦਿਓ ਕੁਰਸੀਆਂ ਨੂੰ ਤੁਸੀਂ ਚਿੰਬੜੇ ਬੈਠੇ ਹੋ ਤੇ ਜੇ ਤੁਹਾਡੇ ਤੋਂ ਘੱਟੋ-ਘੱਟ ਕੋਈ ਕਦਰਾਂ ਕੀਮਤਾਂ ਤਾਂ ਹੋਣ ਕੋਈ ਤੁਹਾਡੀ ਮੋਰਲ ਰਿਸਪੌਂਸਿਬਿਲਟੀ ਤਾਂ ਹੋਣੀ ਚਾਹੀਦੀ ਆ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਆ ਕਿ ਦੇਖੋ ਜੀ ਆ ਕਿੰਨੇ ਵਧੀਆ ਮਨਿਸਟਰਸ ਨੇ ਬਦਲਾ ਲੈ ਕੇ ਆਏ ਆ ਥੋੜੀ ਜੀ ਗੱਲ ਹੋਈ ਲੋਕਾਂ ਦੀ ਜਾਨ ਗਈ ਤੇ ਇਹਨਾਂ ਨੇ ਆਪਣੀ ਕੁਰਸੀ ਛੱਡਤੀ ਅਸਤੀਫਾ ਦਿੱਤਾ ਪਰ ਤੁਸੀਂ ਇਸ ਤਰ੍ਹਾਂ ਕਰਨਾ ਨਹੀਂ ਕਿਉਂਕਿ ਬਦਲਾਅ ਦੀਆਂ ਗੱਲਾਂ ਕੇਵਲ ਤੇ ਕੇਵਲ ਉੱਪਰ ਲਈਆਂ ਸੀ ਅਰਵਿੰਦ ਕੇਜਰੀਵਾਲ ਦੀ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਜਦੋਂ ਗੱਲ ਹੁੰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹ ਵੀ ਲਿੱਕਰ ਦੇ ਇਸੇ ਦੋਸ਼ਾਂ ਦੇ ਉੱਤੇ ਕਿ ਇਹਨਾਂ ਨੇ ਜਿਹੜੀ ਦਿੱਲੀ ਦੀ ਲਿਕਰ ਪਾਲਿਸੀ ਬਣਾਈ ਸੀ ਉਹਦੇ ਵਿੱਚ 100 ਕਰੋੜ ਤੋਂ ਵੀ ਵੱਧ ਦਾ ਭ੍ਰਿਸ਼ਟਾਚਾਰ ਹੋਇਆ ਨੌ ਇਹਨਾਂ ਨੂੰ ਨੋਟਿਸ ਆਇਆ ਸੀ ਇਹਨਾਂ ਨੋਟਿਸਸ ਦਾ ਅਰਵਿੰਦ ਕੇਜਰੀਵਾਲ ਨੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਮੈਂ ਜੇਲ੍ਹ ਚਲਾ ਜਾਊਂਗਾ ਇਹਨਾਂ ਨੂੰ ਲੱਗਦਾ ਸੀ ਕਿ ਜੇਲ੍ਹ ਜਾ ਕੇ ਹੋ ਸਕਦਾ ਮੇਰੀ ਪੋਲਿਟਿਕਸ ਵੱਧ ਚਮਕੇ ਖੈਰ ਇਹਨਾਂ ਨੂੰ ਈਦੀ ਫੜ ਕੇ ਲੈ ਗਈ ਉਹ ਤਾਂ ਆਪਾਂ ਨੂੰ ਪਤਾ ਪਰ ਅੱਜ ਸੁਪਰੀਮ ਕੋਰਟ ਦੇ ਵਿੱਚ ਤਿੰਨ ਜੱਜਸ ਦੀ ਬੈਂਚ ਅੱਗੇ ਇਹਨਾਂ ਦੀ ਸੁਣਵਾਈ ਸੀ ਪਹਿਲੀ ਗੱਲ ਤਾਂ ਇਹ ਆ ਕਿ ਸੁਪਰੀਮ ਕੋਰਟ ਨੇ ਘੱਟੋ ਘੱਟ ਇਹਨਾਂ ਦੇ ਕੇਸ ਨੂੰ ਸੁਣਨ ਦੀ ਹਾਂ ਕਰਤੀ ਪਰ ਉਸ ਤੋਂ ਬਾਅਦ ਪਤਾ ਸਾਨੂੰ ਇਹ ਲੱਗਾ ਕਿ ਇਹਨਾਂ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਵੈਸੇ ਇਹ ਵੀ ਬੜਾ ਕਮਾਲ ਆ ਅਭਿਸ਼ੇਕ ਮਨੂ ਸਿੰਘ ਵੀ ਉਹੀ ਆ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਆ ਪਰ ਪਿਛਲੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਤੋਂ ਇਹ ਰਾਜ ਸਭਾ ਦੀ ਚੋਣ ਹਾਰ ਗਏ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਫਿਲਹਾਲ ਐਪਲੀਕੇਸ਼ਨ ਵਿਧਰਾ ਕਰ ਲਈ ਆ ਜਿਹੜੀ ਇਹਨਾਂ ਨੇ ਲਾਈ ਸੀ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਪਹਿਲਾਂ ਸਾਨੂੰ ਪਤਾ ਲੱਗ ਲੈਣ ਦੋ ਕਿ ਕੀ ਰਿਮਾਂਡ ਮਿਲਦਾ ਅਰਵਿੰਦ ਕੇਜਰੀਵਾਲ ਦਾ ਅਸੀਂ ਉਸੇ ਹਿਸਾਬ ਦੇ ਨਾਲ ਆਪਣੀ ਨਵੀਂ ਵਿਉਂਤ ਬਣਾ ਕੇ ਸਟ੍ਰੈਟਜੀ ਬਣਾ ਕੇ ਫਿਰ ਇਸ ਉੱਤੇ ਲੜਾਂਗੇ ਪਰ ਇੱਕ ਗੱਲ ਜ਼ਰੂਰ ਆ ਤੁਸੀਂ ਅਰਵਿੰਦ ਕੇਜਰੀਵਾਲ ਦੇ ਜਿੰਨੇ ਮਰਜ਼ੀ ਆਲੋਚਕ ਹੋ ਜੋ ਪਰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਜਾਂ ਇਸ ਤੋਂ ਪਹਿਲਾਂ ਹਿਮੰਤ ਸੁਰੇਨ ਨੂੰ 2 ਮਹੀਨਿਆਂ ਦੇ ਅੰਦਰ-ਅੰਦਰ ਦੋ ਸਰਵਿੰਗ ਚੀਫ ਮਿਨਿਸਟਰ ਨੂੰ ਜੇਲਾ ਚ ਸੁੱਟ ਦੋ ਇਹ ਕਿੱਥੋਂ ਦਾ ਲੋਕਤੰਤਰ ਆ ਇਹ ਕਿੱਥੋਂ ਦੀ ਜਮਹੂਰੀਅਤ ਆ ਔਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਉਹ ਜੇਲ੍ਹ ਚ ਨੇ ਪਿਛਲੇ ਦਿਨਾਂ ਦੇ ਵਿੱਚ ਸਤਿੰਦਰ ਜੈਨ ਸਾਬਕਾ ਕੈਬਨਿਟ ਮੰਤਰੀ ਦਿੱਲੀ ਦੇ ਉਹਨਾਂ ਦੀ ਅੰਤਰੀਮ ਬੇਲ ਜਿਹੜੀ ਸੀ ਉਹ ਖਾਰਜ ਹੋ ਗਈ ਸੀ ਇਸੇ ਤਰ੍ਹਾਂ ਸੰਜੀਤ ਸਿੰਘ ਰਾਜ ਸਭਾ ਦੇ ਮੈਂਬਰ ਰਾਜ ਸਭਾ ਦੇ ਐਮਪੀ ਉਹ ਵੀ ਜੇਲ੍ਹ ਚ ਨੇ ਇਹਨਾਂ ਪਾਲਿਸਿਸ ਕਰਕੇ ਤੇ ਤੁਹਾਨੂੰ ਪਤਾ ਇੱਕ ਗੱਲ ਤਾਂ 2 ਸਾਲ ਤੋਂ ਵੀ ਵੱਧ ਇਸ ਕੇਸ ਨੂੰ ਹੋ ਗਿਆ ਇਹਦੀ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਸੀਬੀਆਈ ਵੀ ਕਰ ਰਹੀ ਆ ਇੱਕ ਨਵਾਂ ਪੈਸਾ ਇਹਨਾਂ ਤੋਂ ਰਿਕਵਰ ਨਹੀਂ ਹੋਇਆ ਇੱਕ ਢੇਲਾ ਰਿਕਵਰ ਨਹੀਂ ਹੋਇਆ ਤੇ ਕਿਸ ਚੀਜ਼ ਦਾ ਭ੍ਰਿਸ਼ਟਾਚਾਰ ਆ ਨਾ ਬੈਂਕਾਂ ਚ ਪੈਸਾ ਗਿਆ ਨਾ ਕੈਸ਼ ਦੇ ਵਿੱਚ ਪੈਸਾ ਆਇਆ ਪੈਸਾ ਗਿਆ ਕਿੱਥੇ ਇਹਦਾ ਮਤਲਬ ਇਹਨਾਂ ਏਜੰਸੀਆਂ ਦਾ ਇਹ ਤਾਂ ਫੇਲੀਅਰ ਆ ਬੜੀ ਵੱਡੀ ਅਸਫਲਤਾ ਆ ਕਿ ਤੁਸੀਂ ਭ੍ਰਿਸ਼ਟਾਚਾਰ ਦੇ ਬੜੇ ਦੋਸ਼ ਲਾਤੇ ਪਰ ਪੈਸਾ ਤੁਹਾਡੇ ਤੋਂ ਰਿਕਵਰ ਨਹੀਂ ਹੋਇਆ ਇਸੇ ਕਰਕੇ ਕਹਿ ਰਿਹਾ ਕਿ ਇਹਨਾਂ ਈਡੀ ਦਾ ਇਹਨਾਂ ਏਜੰਸੀਆਂ ਦਾ ਕੇਵਰ ਤੇ ਕੇਵਰ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਬਲਕਿ ਇਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਆ ਇਹ ਇਲੈਕਟੋਰਲ ਬਾਂਡਸ ਹੁਣੇ ਤਾਂ ਨਿਕਲ ਕੇ ਹਟੇ ਆ ਕਿੰਨੇ ਇਸ ਤਰ੍ਹਾਂ ਦੇ ਕੇਸ ਆਇਆ ਮੈਂ ਤੁਹਾਨੂੰ ਤਫਸੀਲ ਦੇ ਨਾਲ ਦੱਸੂਗਾ ਜਿੱਲਾ ਕੇਸਿਸ ਦੇ ਵਿੱਚ ਏਡੀ ਭੇਜੀ ਗਈ ਕੰਪਨੀਆਂ ਤੇ ਛਾਪੇ ਮਾਰਨ ਨੂੰ ਤੇ ਜਦੋਂ ਕੰਪਨੀਆਂ ਡਰ ਗਈਆਂ ਉਹਨਾਂ ਨੇ ਆਪ ਹੀ ਆ ਕੇ ਚੰਦੇ ਦੇਤੇ ਚੰਦੇ ਦੇਤੇ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਜਿਨ੍ਹਾਂ ਨੇ ਖਾਸ ਤੌਰ ਤੇ ਡਰਾਇਆ ਸੀ ਤਾਂ ਇਹ ਮਾਹੌਲ ਚੱਲ ਰਿਹਾ ਹੁਣ ਤੁਸੀਂ ਠੀਕ ਹੈ ਕਈ ਲੋਕ ਅਲੋਚਕ ਹੋ ਸਕਦੇ ਨੇ ਕਈ ਇਹ ਵੀ ਕਹਿ ਸਕਦੇ ਨੇ ਜਿਸ ਤਰ੍ਹਾਂ ਸੁਪਾਲ ਸਿੰਘ ਖਹਿਰਾ ਕਹਿ ਰਹੇ ਨੇ ਕਹਿੰਦੇ ਦੇਖੋ ਤੁਹਾਡੇ ਨਾਲ ਵੀ ਉਹੀ ਹੋਇਆ ਜੋ ਤੁਸੀਂ ਸਾਡਾ ਇੱਥੇ ਪੰਜਾਬ 'ਚ ਹਾਲ ਕਰਦੇ ਹੋ ਜਦੋਂ ਤੁਹਾਡੇ ਨਾਲ ਕੇਂਦਰ ਦੀਆਂ ਏਜੰਸੀਜ਼ ਕਰਦੀਆਂ ਨੇ ਤੇ ਫਿਰ ਤੁਸੀਂ ਕਹਿੰਦੇ ਹੋ ਸਾਡੇ ਨਾਲ ਬਦਲੇ ਦੀ ਰਾਜਨੀਤੀ ਹੋ ਰਹੀ ਆ ਤੇ ਜਦੋਂ ਸਾਡੇ ਨਾਲ ਤੁਹਾਡੀ ਇਥੋਂ ਪੰਜਾਬ ਪੁਲਿਸ ਕਰਦੀ ਆ ਜਾਂ ਵਿਜੀਲੈਂਸ ਬਿਊਰੋ ਕਰਦੀ ਆ ਜਾਂ ਕੋਈ ਹੋਰ ਏਜੰਸੀ ਕਰਦੀ ਆ ਤੇ ਫਿਰ ਤੁਹਾਨੂੰ ਇਹ ਸਾਰਾ ਕੁਝ ਦਿਖਾਈ ਨਹੀਂ ਦਿੰਦਾ ਤਰਨਤਾਰਨ ਕੋਰਟ ਦੇ ਜੱਜ ਨੇ ਰਕੇਸ਼ ਕੁਮਾਰ ਸਿੰਘਲਾ ਔਰ ਤੁਹਾਨੂੰ ਪਤਾ ਕਿ ਇਹਨਾਂ ਦੀ ਕੋਰਟ ਦੇ ਵਿੱਚ ਆਈਪੀਐਸ ਅਫਸਰ ਇੰਦਰਬੀਰ ਸਿੰਘ ਸਨ 2007 ਬੈਚ ਦੇ ਇਹ ਆਈਪੀਐਸ ਅਫਸਰ ਨੇ ਪੁਲਿਸ ਆਫੀਸਰ ਨੇ ਔਰ ਕਿਸੇ ਟਾਈਮ ਇਹ ਫਿਰੋਜ਼ਪੁਰ ਅਰੇਂਜ ਦੇ ਡੀਆਈਜੀ ਵੀ ਰਹੇ ਨੇ ਔਰ ਅੱਜ ਕੱਲ ਇਹ ਪੰਜਾਬ ਆਰਮਡ ਪੁਲਿਸ ਜਿਹਨੂੰ ਆਪਾਂ ਪੀਏਪੀ ਕਹਿ ਦਿੰਨੇ ਆ ਜਲੰਧਰ ਦੇ ਵਿੱਚ ਹੈੱਡਕੁਆਰਟਰ ਤੇ ਉੱਥੇ ਤਾਇਨਾਤ ਨੇ ਕਾਫੀ ਅਹਿਮ ਪੋਸਟਿੰਗ ਆ ਵੈਸੇ ਇਹਨਾਂ ਦੀ ਇਹ ਨਹੀਂ ਹੈ ਕਿ ਇਹ ਕੋਈ ਕੁੜੇ ਲਾਈਨ ਲਾਇ ਹੋਇਆ ਇਹਨਾਂ ਨੂੰ ਹੁਣ ਇਸੇ ਕੋਰਟ ਨੇ ਤਰਨਤਾਰਨੀ ਕੋਰਟ ਨੇ ਤੇ ਜੱਜ ਰਕੇਸ਼ ਕੁਮਾਰ ਸਿੰਘਲਾ ਨੇ 1 ਅਪ੍ਰੈਲ ਨੂੰ ਪੇਸ਼ ਹੋਣ ਲਈ ਕਹਤਾ ਤਵਕਕ ਤਾਂ ਸਾਨੂੰ ਇਹ ਸੀ ਉਮੀਦ ਤਾਂ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਕੋਈ ਕਾਰਵਾਈ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲੇ ਗ੍ਰਹਿ ਵਿਭਾਗ ਆ ਹੋਮ ਅਫੇਅਰਜ਼ ਐਂਡ ਜਸਟਿਸ ਡਿਪਾਰਟਮੈਂਟ ਉਹ ਕਾਰਵਾਈ ਕਰਨਗੇ ਤੇ ਪੰਜਾਬ ਨੂੰ ਇੱਕ ਉਦਾਹਰਨ ਬਣਾ ਕੇ ਪੇਸ਼ ਕਰਨਗੇ ਜਾਂ ਇੱਥੇ ਉਦਾਹਰਨ ਸੈੱਟ ਕਰਨਗੇ ਕਿ ਜੇ ਸਾਡੇ ਉੱਤੇ ਕਿਸੇ ਉੱਤੇ ਕਿਸੇ ਅਫਸਰ ਉੱਤੇ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਨੇ ਦੋਸ਼ ਲੱਗਦੇ ਨੇ ਚਲੋ ਇਹ ਤਾਂ ਬਾਅਦ ਦੀ ਗੱਲ ਹੈ ਕਿ ਇਹ ਸਾਬਤ ਹੁੰਦੇ ਆ ਜਾਂ ਨਹੀਂ ਹੁੰਦੇ ਪਰ ਜੇ ਦੋਸ਼ ਵੀ ਲੱਗਦੇ ਆ ਉਹਦੇ ਵਿੱਚ ਚਾਰ ਸ਼ੀਟਸ ਵੀ ਫਾਈਲ ਹੋ ਜਾਂਦੀਆਂ ਤੇ ਅਸੀਂ ਉਹਨੂੰ ਬਖਸ਼ਦੇ ਨਹੀਂ ਆ ਅਸੀਂ ਉਹਨੂੰ ਪਾਸੇ ਕਰ ਦਿੰਨੇ ਆ ਇੱਥੇ ਮੈਂ ਇਸ ਕਰਕੇ ਐਗਜ਼ਾਮਪਲ ਦੇਣਾ ਚਾਹੁੰਨਾ ਤੁਸੀਂ ਵਿਜੇ ਸਿੰਘਲਾ ਨੂੰ ਯਾਦ ਕਰ ਲੋ ਇਸ ਸਰਕਾਰ ਦਾ ਪਹਿਲਾ ਸਿਹਤ ਮੰਤਰੀ ਸੀ ਉਹਦੀ ਇੱਕ ਆਡੀਓ ਕਲਿੱਪ ਆਈ ਸੀ ਜਿਹੜੀ ਹਜੇ ਤੱਕ ਅਸੀਂ ਕਿਸੇ ਨੇ ਸੁਣੀ ਵੀ ਨਹੀਂ ਉਹ ਆਡੀਓ ਕਲਿੱਪ ਕਿੱਥੇ ਗਈ ਪਰ ਆਉਂਦੇ ਸਾਰ ਹੀ ਭਗਵੰਤ ਮਾਨ ਨੇ ਇੱਕ ਵੀਡੀਓ ਬਣਾਤੀ ਸੀ ਕਹਿੰਦੇ ਜੀ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਆ ਤੇ ਅਸੀਂ ਇਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਰਖਾਸਤ ਕਰ ਰਹੇ ਕੱਲੇ ਬਰਖਾਸਤ ਨਹੀਂ ਸੀ ਕੀਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਤੱਕ ਕਰਵਾਤਾ ਗਿਆ ਸੀ ਇੱਥੋਂ ਤੱਕ ਇਹਨਾਂ ਨੇ ਮਾਮਲਾ ਲੈ ਕੇ ਆਂਦਾ ਸੀ ਤੇ ਅੱਜ ਵੀ ਉਸ ਵਿਜੇ ਸਿੰਘ ਲਾ ਨੂੰ ਕੁਝ ਨਹੀਂ ਹੋਇਆ ਕੈਦ ਜ਼ਰੂਰ ਦਿੱਤਾ ਗਿਆ ਪਾਸੇ ਜ਼ਰੂਰ ਕਰਤਾ ਪਰ ਹਜੇ ਵੀ ਉਹ ਤਾਂ ਆਮ ਆਦਮੀ ਪਾਰਟੀ ਦਾ ਮੇਰਾ ਕਹਿਣ ਦਾ ਭਾਵ ਕੇਵਲ ਇਹਨਾਂ ਕਿ ਜਦੋਂ ਤੁਸੀਂ ਆਏ ਸੀ ਉਦੋਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਸੈੱਟ ਕਰਨੀਆਂ ਚਾਹੁੰਦੇ ਸੀ ਹੌਲੀ ਹੌਲੀ ਤੁਹਾਡਾ ਇੰਨਾ ਕੁ ਬਦਲਾਅ ਹੋ ਗਿਆ ਕਿ ਤੁਸੀਂ ਤਾਂ ਰਵਾਇਤੀ ਪਾਰਟੀਆਂ ਵਰਗੇ ਬਣ ਗਏ ਤੁਹਾਡਾ ਆਪਣਾ ਇੱਕ ਆਈਪੀਐਸ ਅਫਸਰ ਇੰਦਰਬੀਰ ਸਿੰਘ ਜਿਸ ਉੱਤੇ ਇੰਨੇ سنگੀਨ ਦੋਸ਼ ਨੇ ਇਲਜ਼ਾਮ ਲੇ ਕਿ ਇਹਨੇ ਭ੍ਰਿਸ਼ਟਾਚਾਰ ਦੇ ਵਿੱਚ ਲੱਖਾਂ ਰੁਪਏ ਰਿਸ਼ਵਤਾਂ ਲਈਆਂ ਤੁਸੀਂ ਉਹਨੂੰ ਬਖਸ਼ੀ ਜਾਂਦੇ ਹੋ ਹਜੇ ਤੱਕ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਵੈਸੇ ਇੱਕ ਗੱਲ ਦੱਸਾਂ ਕਿ ਇਹਦਾ ਆਪਣਾ ਡੀਐਸਪੀ ਲਖਬੀਰ ਸਿੰਘ ਸੰਧੂ ਅੱਜਕੱਲ ਇਹ ਸਸਪੈਂਡ ਕੀਤਾ ਹੋਇਆ ਇਹੀ ਅਪਰੂਵਰ ਬਣ ਗਿਆ ਇਹੀ ਵਾਧਾ ਮਾਫ਼ਗੁਆਹ ਬਣ ਗਿਆ ਜਾਂ ਸਰਕਾਰੀ ਗਵਾਹ ਬਣ ਗਿਆ ਇਸ ਦੀ ਗਵਾਹੀ ਇਸ ਕੋਰਟ ਨੇ ਮੰਨ ਲਈ ਔਰ ਐਸੇ ਗਵਾਹੀ ਕਰਕੇ ਇਸ ਇੰਦਰਬੀਰ ਸਿੰਘ ਨੂੰ ਹੁਣ ਵਾਪਸ ਤਲਬ ਕੀਤਾ ਗਿਆ ਕੋਰਟ ਦੇ ਵਿੱਚ ਚਲੋ ਸਰਕਾਰ ਨੇ ਤਾਂ ਕੁਝ ਕੀਤਾ ਨਹੀਂ ਹੋ ਸਕਦਾ ਇਹ ਕੋਰਟ ਹੀ ਕੋਈ ਕਾਰਵਾਈ ਕਰ ਲੇ ਜੇ ਕੱਲ ਨੂੰ ਇਹ ਸਾਰੇ ਦੋਸ਼ ਪ੍ਰੂਵ ਹੋ ਜਾਂਦੇ ਨੇ ਜਾਂ ਸਾਬਿਤ ਹੋ ਜਾਂਦੇ ਨੇ ਵੈਸੇ ਸਾਲ 2017 ਦੇ ਵਿੱਚ ਕਿਉਂਕਿ ਇਸ ਆਈਪੀਐਸ ਅਫਸਰ ਦਾ ਕੋਈ ਪਿਛੋਕੜ ਵੀ ਹਮੇਸ਼ਾ ਵਿਵਾਦਾਂ ਭਰਿਆ ਹੀ ਰਿਹਾ ਜਦੋਂ ਇਹ ਸੰਗਰੂਰ ਦਾ ਐਸਐਸਪੀ ਇਹੀ ਭਗਵੰਤਪੁਰ ਦੇ ਇਲਾਕੇ ਦਾ ਉੱਥੇ ਐਸਐਸਪੀ ਸੀ ਤੇ ਇੱਕ ਮਰਡਰ ਦੇ ਕੇਸ ਦੇ ਵਿੱਚ ਇਸ ਤੇ ਦੋਸ਼ ਸੀ ਕਿ ਇਹਨੇ 23 ਲੱਖ ਰੁਪਇਆ ਉਦੋਂ ਲੈ ਲਿਆ ਸੀ ਕਥਿਤ ਤੌਰ ਤੇ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਦੀ ਇਨਕੁਆਰੀ ਖੋਲਤੀ ਸੀ ਇਹਦੀ ਤਫਤੀਸ਼ ਕੋਲਤੀ ਸੀ ਘਟੋ ਘਟ ਕਿਸੇ ਨੇ ਤਫਤੀਸ਼ ਤਾਂ ਖੋਲੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵਿਜੀਲੈਂਸ ਬਿਊਰੋ ਨੇ ਇਸ ਵਿਅਕਤੀ ਨੂੰ ਯਾਨੀ ਕਿ ਇਸ ਪੁਲਿਸ ਅਫੀਸਰ ਨੂੰ ਡੀਆਈਜੀ ਇੰਦਰਬੀਰ ਸਿੰਘ ਨੂੰ ਕਲੀਨ ਚਿੱਟ ਵੀ ਦੇਤੀ ਸੀ ਇਹ ਵੀ ਹੋਇਆ ਕਾਰੇ ਇਹ ਜਿਹਾ ਚੱਲਦੀਆਂ ਰਹੀਆਂ ਤੇ ਸਨ 2021 ਦੇ ਵਿੱਚ ਇਹੀ ਡੀਆਜੀ ਆ ਜਾਂਦਾ ਫਿਰੋਜ਼ਪੁਰ ਦੇ ਵਿੱਚ ਡੀਐਚਜੀ ਰੇਂਜ ਬਣ ਕੇ ਤੇ ਤੁਹਾਨੂੰ ਯਾਦ ਹੋਣਾ ਮੈਂ ਫੇਰ ਲੈ ਚੱਲਦਾ 5 ਜਨਵਰੀ ਸਨ 2022 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਂਦੇ ਆ ਸਕਿਉਰਿਟੀ ਦੇ ਵਿੱਚ ਕੁਤਾਈ ਹੋ ਜਾਂਦੀ ਹੈ ਜਦੋਂ ਹੁਸੈਨੀ ਵਾਲਾ ਫਿਰੋਜ਼ਪੁਰ ਜਾਂਦੇ ਆ ਉਥੇ ਫਿਰ ਇਹ ਡੀਆਈਜੀ ਫਸ ਗਿਆ ਕਿਉਂਕਿ ਇਹਨੇ ਆਪਣੀ ਡਿਊਟੀ ਦੇ ਵਿੱਚ ਕੁਤਾਈ ਕੀਤੀ ਸੀ ਔਰ ਇਸ ਨੂੰ ਇਨਡਾਈਟ ਕਿਨੇ ਕੀਤਾ ਸੀ ਜਾਂ ਇਸ ਨੂੰ ਦੋਸ਼ੀ ਕਿਨੇ ਠਹਿਰਾਇਆ ਸੀ ਜਸਟਿਸ ਹਿੰਦੂ ਮਲੋਤਰਾ ਸੁਪਰੀਮ ਕੋਰਟ ਦੀ ਸਾਬਕਾ ਜੱਜ ਜਿਹਦੇ ਅਗਵਾਈ ਦੇ ਵਿੱਚ ਇਹ ਕਮੇਟੀ ਬਣੀ ਸੀ ਕਿ ਤੁਸੀਂ ਦੇਖੋ ਕਿ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਦੇ ਵਿੱਚ ਬ੍ਰੀਚ ਜਾਂ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਦੇ ਵਿੱਚ ਕੁਤਾਈ ਕਿਨੇ ਕੀਤੀ ਹੈ ਤੇ ਉਹਦੇ ਵਿੱਚ ਵੀ ਇਹ ਦੋਸ਼ੀ ਪਾਇਆ ਗਿਆ ਔਰ ਇਸ ਨੂੰ ਮੇਜਰ ਸਜ਼ਾ ਹੋਣ ਦੇ ਹੁਕਮ ਹੋਏ ਆ ਪਰ ਕੋਈ ਨਾ ਕੋਈ ਤਾਂ ਬਚਾਈ ਰਿਆ ਜਾਂ ਪੰਜਾਬ ਦੇ ਮੁੱਖ ਮੰਤਰੀ ਆ ਤੇ ਜਾਂ ਉਹ ਲੌਬੀ ਆ ਪਰ ਜੋ ਜਿਹੜੀ ਲੌਬੀ ਜਾਂਦੀ ਹੁੰਦੀ ਸੀ ਅਰਵਿੰਦ ਕੇਜਰੀਵਾਲ ਕੋਲੇ ਉਹ ਹੁਣ ਜਾਊਗੀ ਕਿੱਥੇ ਕਿਉਂਕਿ ਉਹ ਤਾਂ ਜੇਲ੍ਹ 'ਚ ਬੈਠੇ ਆ ਬੀਤੇ ਕੱਲ ਕਾਂਗਰਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਲਿਕਾ ਔਰ ਜਨ ਖੜਗੇ ਨਾਲ ਉਹਨਾਂ ਦੇ ਬੈਠੇ ਸੀ ਰਾਹੁਲ ਗਾਂਧੀ ਤੇ ਦੂਸਰੀ ਸਾਈਡ ਤੇ ਬੈਠੇ ਸੀ ਸੋਨੀਆ ਗਾਂਧੀ ਯਾਨੀ ਕਿ ਕਾਫੀ ਹੈਵੀ weight ਇਹ ਪ੍ਰੈਸ ਕਾਨਫਰੰਸ ਸੀ ਔਰ ਇਸ ਪ੍ਰੈਸ ਕਾਨਫਰੰਸ ਦੇ ਮਾਨੇ ਕੀ ਹੈ ਇਹਦੀ ਮਹੱਤਤਾ ਕੀ ਹੈ ਇਸੇ ਗੱਲ ਤੋਂ ਪਤਾ ਲੱਗ ਜਾਂਦਾ ਜਦੋਂ ਇਹ ਸਾਰੇ ਇਕੱਠੇ ਬਹਿ ਜਾਂਦੇ ਆ ਦੋਸ਼ ਕਿਸੇ ਇਹਨਾਂ ਨੇ ਲਾਇਆ ਦੋਸ਼ ਇਹਨਾਂ ਨੇ ਇਹ ਲਾਇਆ ਬਲਕਿ ਇਹ ਗੱਲ ਪੂਰੇ ਭਾਰਤ ਨੂੰ ਦੱਸੀਆ ਭਾਰਤ ਦੇ ਲੋਕਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕਿ ਸਾਡੇ ਖਾਤੇ ਕਾਂਗਰਸ ਦੇ ਖਾਤੇ ਇਸ ਪਾਰਟੀ ਦੇ ਖਾਤੇ ਅੱਜ ਤੱਕ ਹਜੇ ਵੀ ਫ੍ਰੀਜ਼ ਕੀਤੇ ਹੋਏ ਆ ਯਾਨੀ ਕਿ ਬੰਦ ਕੀਤੇ ਹੋਏ ਆ ਇਹ ਆਪਣੇ ਖਾਤਿਆਂ ਚੋਂ ਪੈਸੇ ਨਹੀਂ ਕਢਾ ਸਕਦੇ ਜੇ ਪੈਸੇ ਨਹੀਂ ਕਢਾ ਸਕਦੇ ਤੇ ਫਿਰ ਪ੍ਰਚਾਰ ਕਿਸ ਤਰ੍ਹਾਂ ਕਰਦੇ ਹੋਣਗੇ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਸਾਰੀਆਂ ਪਾਰਟੀਆਂ ਪੋਲਿਟਿਕਲ ਪਾਰਟੀਆਂ ਜੋਰਾਂ ਸ਼ੋਰਾਂ ਦੇ ਨਾਲ ਆਪਣਾ ਪ੍ਰਚਾਰ ਕਰ ਰਹੀਆਂ ਨੇ ਤੇ ਕਾਂਗਰਸ ਬੈਠੀ ਆ ਹੱਥੇ ਹੱਤ ਧਰ ਕੇ ਤੇ ਲੋਕੀ ਇਹਨਾਂ ਦਾ ਕ੍ਰਿਟਿਸਿਜ਼ਮ ਕਰੀ ਜਾਂਦੇ ਆ ਕਹਿੰਦੇ ਤੁਸੀਂ ਕਿਤੇ ਦਿਖਾਈ ਨਹੀਂ ਦਿੰਦੇ ਉਹ ਕਹਿੰਦੇ ਦਿਖੀਏ ਕਿਸ ਤਰ੍ਹਾਂ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਪੈਸਾ ਨਹੀਂ ਕਢਾਇਆ ਜਾ ਰਿਹਾ 11 ਖਾਤੇ ਨੇ ਇਹਨਾਂ ਦੇ ਪੂਰੇ ਭਾਰਤ ਦੇ ਵਿੱਚ ਵੱਖਰੇ ਵੱਖਰੇ ਬੈਂਕਾਂ ਦੇ ਵਿੱਚ ਵੈਸੇ ਇਹਨਾਂ ਤੇ ਇਲਜ਼ਾਮ ਕੀ ਲੱਗੇ ਸੀ ਭਾਰਤ ਦੀ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੇ ਇਹਨਾਂ ਦੇ ਇਲਜ਼ਾਮ ਲਾਇਆ ਸੀ ਪੁਰਾਣੇ ਕੈਸ ਕੇਸ ਕੱਢ ਲਿਆਉਂਦੇ ਆ ਜਦੋਂ ਇਹਨਾਂ ਨੇ ਕਿਸੇ ਨੂੰ ਸਬਕ ਸਿਖਾਉਣਾ ਹੁੰਦਾ ਜਾਂ ਬੰਦਾ ਬਣਾਉਣਾ ਹੁੰਦਾ ਜਾਂ ਉਸ ਤੇ ਪ੍ਰਭਾਵ ਪੈਦਾ ਕਰਨਾ ਹੁੰਦਾ ਤੇ ਇਹੀ ਕਰਦੇ ਆ 95 96 ਦੇ ਵਿੱਚ ਇਹਨਾਂ ਨੇ ਇਨਕਮ ਟੈਕਸ ਦੀ ਕਹਿੰਦੇ ਰਿਟਰਨ ਫਾਈਲ ਨਹੀਂ ਕੀਤੀ ਅੱਗੇ ਆਜੋ ਇਸੇ ਤਰ੍ਹਾਂ ਦੀ ਰਿਟਰਨ ਇੱਕ ਹੋਰ ਨਹੀਂ ਫਾਈਲ ਕੀਤੀ ਸਨ 2007-08 ਦੇ ਵਿੱਚ ਤੇ ਇਸ ਤੋਂ ਬਾਅਦ ਸਨ 2018 ਦੇ ਵਿੱਚ ਵੀ ਇਹਨਾਂ ਨੇ ਆਪਣੀ ਆਈਟੀ ਰਿਟਰਨ ਨਹੀਂ ਫਾਈਲ ਕੀਤੀ ਇਸ ਕਰਕੇ ਇਹਨਾਂ ਤੇ ਜੁਰਮਾਨਾ ਲੱਗੂਗਾ ਕਾਂਗਰਸ ਇਹ ਵੀ ਗੱਲ ਮੰਨ ਗਈ ਉਹਨਾਂ ਨੇ 115 ਕਰੋੜ ਰੁਪਈਆ ਬਤੌਰ ਜੁਰਮਾਨਾ ਉਹ ਵੀ ਭਰਤਾ ਲੇਕਿਨ ਖਾਤੇ ਫੇਰ ਵੀ ਨਹੀਂ ਖੁੱਲੇ ਇਥੋਂ ਤੁਸੀਂ ਅੰਦਾਜ਼ਾ ਲਾਓ ਕਿ ਜੇ ਇਹ ਖਾਤੇ ਹਜੇ ਵੀ ਨਹੀਂ ਖੁੱਲੇ ਔਰ ਇਨਕਮ ਟੈਕਸ ਨੇ ਇਹਨਾਂ ਦੇ ਖਾਤਿਆਂ ਨੂੰ ਸੀਲ ਕਰਤਾ ਜਾਂ ਬੰਦ ਕਰਤਾ ਤੇ ਕੀ ਫਿਰ ਇਹ ਢੰਗ ਤਰੀਕਾ ਅਪਣਾ ਲਿਆ ਇਹਨਾਂ ਦੇ ਪਹਿਲਾਂ ਤੁਸੀਂ ਜਾ ਕੇ ਆਪਣੀਆਂ ਈਡੀਜ਼ ਤੋਂ ਆਪਣੀ ਸੀਬੀਆਈ ਤੋਂ ਆਪਣੀਆਂ ਕੇਂਦਰੀ ਏਜੰਸੀਆਂ ਤੋਂ ਕਿਸੇ ਦੀਆਂ ਪਾਰਟੀਆਂ ਤੁਰਾ ਦਿਓ ਖਾਸ ਤੌਰ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਤੜਵਾ ਦਿਓ ਜਾਂ ਸਰਕਾਰਾਂ ਬਣੀਆਂ-ਬਣੀਆਂ ਸਰਕਾਰਾਂ ਨੂੰ ਤੜਵਾ ਦਿਓ ਕਿਸੇ ਨੂੰ ਆਪਣੇ ਵੱਲ ਖਿੱਚ ਲਿਆਓ ਕਿਸ ਤੇ ਛਾਪੇ ਮਾਰ ਕੇ ਉਹਨਾਂ ਨੂੰ ਡਰਾ ਦਿਓ ਧਮਕਾ ਦਿਓ ਔਰ ਉਹਨਾਂ ਨੂੰ ਆਪਣੇ ਵੱਲ ਕਰ ਲੋ ਤੇ ਜੇ ਇਹ ਸਾਰਾ ਕੁਝ ਨਹੀਂ ਹੁੰਦਾ ਤੇ ਫੇਰ ਥਾਤੀਸੀਲ ਕਰ ਦੋ ਘੱਟੋ ਘੱਟ ਇਹ ਤਾਂ ਕੰਮ ਕਰੂਗਾ ਤੇ ਜੇ ਕੋਈ ਮੁੱਖ ਮੰਤਰੀ ਤੁਹਾਡੇ ਵੱਲ ਨਹੀਂ ਆਉਂਦਾ ਵੈਸੇ ਮੈਂ ਤੁਹਾਨੂੰ ਹੁਣ ਇੱਕ ਹੋਰ ਵੀ ਗੱਲ ਦੱਸ ਦਿੰਦਾ ਹੇਮੰਤ ਸਰੇਨ ਤੇ ਅਰਵਿੰਦ ਕੇਜਰੀਵਾਲ ਇਹ ਦੋ ਮੁੱਖ ਮੰਤਰੀ ਇਸ ਟਾਈਮ ਜੇਲ੍ਹ 'ਚ ਨੇ ਹੇਮੰਤ ਸਰੇਨ ਨੂੰ ਕਿਹਾ ਗਿਆ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਕਹਿੰਦੇ ਸਾਡੇ ਵੱਲ ਆ ਜਾ 6 ਮਹੀਨੇ ਤੂੰ ਮੁੱਖ ਮੰਤਰੀ ਬਣ ਜਾ 6 ਮਹੀਨੇ ਅਸੀਂ ਮੁੱਖ ਮੰਤਰੀ ਬਣਾਂਗੇ ਯਾਨੀ ਕਿ ਭਾਜਪਾ ਦਾ ਮੁੱਖ ਮੰਤਰੀ ਬਣੂਗਾ ਝਾਰਖੰਡ ਦੇ ਵਿੱਚ ਉਹ ਬੰਦਾ ਮੰਨਿਆ ਨਹੀਂ ਕਿਉਂਕਿ ਉਹਨੂੰ ਪਤਾ ਸੀ ਕਿ ਜਿਸ ਦਿਨ ਮੈਂ ਇਹਨਾਂ ਦੇ ਨਾਲ ਚਲਾ ਗਿਆ ਉਸੇ ਦਿਨ ਮੈਂ ਪੋਲੀਟੀਕਲੀ ਸਿਆਸੀ ਤੌਰ ਤੇ ਖਤਮ ਹੋ ਜਾਊਗਾ ਤੇ ਉਹ ਮੰਨਿਆ ਨਹੀਂ ਤੇ ਜੇਲ੍ਹ 'ਚ ਬੈਠਾ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਗੱਲ ਕਹੀ ਗਈ ਸੀ ਤੂੰ ਇੰਡੀਆ ਅਲਾਈਅንስ ਛੱਡ ਦੇ ਕਾਂਗਰਸ ਦੇ ਨਾਲੋਂ ਨਾਤਾ ਤੋੜ ਦੇ ਸਾਡੇ ਨਾਲ ਰਲ ਜਾ ਜਾਂ ਸਾਡੇ ਨਾਲ ਨਾ ਵੀ ਰਲ ਪਰ ਘਟੋ-ਘਟ ਇੰਡੀਆ ਅਲਾਈਅንስ ਦੇ ਨਾਲ ਨਾ ਰਲ ਔਰ ਇਹ ਕਈ ਵਾਰੀ ਗੱਲਾਂ ਇਹਨਾਂ ਦੇ ਪਾਰਟੀ ਦੇ ਲੀਡਰਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਕਈਆਂ ਵੀ ਆ ਇਹ ਗੱਲ ਹਿਮੰਤ ਸੁਰੇਨ ਨੇ ਵੀ ਇੱਕ ਵਾਰੀ ਦੱਸੀ ਸੀ ਕਿ ਮੇਰੇ ਤੇ ਵੀ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਤੂੰ ਇੰਡੀਆ ਅਲਾਈਅንስ ਛੱਡ ਦੇ ਇਸ ਤਰ੍ਹਾਂ ਇਹ 400 ਸੀਟਾਂ ਪਾਰ ਕਰਨਗੇ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਫੇਰ ਇਸ ਮੁਲਕ ਦੇ ਵਿੱਚ ਆਪਣੀ ਸੱਤਾ ਸਥਾਪਿਤ ਕਰੂਗੀ ਪਾਰਟੀਆਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਦੇ ਖਾਤੇ ਸੀਲ ਕਰਕੇ ਜਾਂ ਇਹਨਾਂ ਪਾਰਟੀਆਂ ਦੇ ਐਮਐਲਏਸ ਨੂੰ ਤੋੜ ਕੇ ਜਿਨ੍ਹਾਂ ਨੂੰ ਇਹ ਭ੍ਰਿਸ਼ਟ ਕਹਿੰਦੇ ਆ ਉਹਨਾਂ ਦੇ ਨਾਲ ਬਾਅਦ ਦੇ ਵਿੱਚ ਇਹੀ ਭਾਰਤੀ ਜਨਤਾ ਪਾਰਟੀ ਵਾਲੇ ਸਰਕਾਰਾਂ ਬਣਾ ਲੈਂਦੇ ਆ ਖੈਰ ਦੇਖਦੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਤੇ ਕੋਈ ਕਾਰਵਾਈ ਕਰੂਗਾ ਵੈਸੇ ਮੈਨੂੰ ਲੱਗਦਾ ਨਹੀਂ ਕੋਈ ਕਾਰਵਾਈ ਕਰੂਗਾ ਇਹ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਸ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਮਿਲਣਾ ਚਾਹੁੰਦੀਆਂ ਸੀ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੀਆਂ ਸੀ ਕਿਸ ਉੱਤੇ ਇਲੈਕਟ੍ਰੋਨਿਕ VOTING MACHINES ਉੱਤੇ EVMs ਉੱਤੇ ਅੱਜ ਤੱਕ ਸਮਾਂ ਨਹੀਂ ਦਿੱਤਾ ਉਹ ਦਰਵਾਜ਼ੇ ਖੜਕਾਉਂਦੇ ਖੜਕਾਉਂਦੇ ਠੱਕ ਗਏ ਤੇ ਅਸੀਂ ਕਹਿੰਨੇ ਆ ਅਸੀਂ ਭਾਰਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਆ ਜਾਂ ਲੋਕਤੰਤਰ ਆ ਸਭ ਤੋਂ ਵੱਡਾ ਇਸੇ ਕਰਕੇ ਇਹਨਾਂ ਤੇ ਸਵਾਲ ਪੈਦਾ ਹੁੰਦੇ ਆ ਔਰ ਇਸੇ ਕਰਕੇ ਡੈਮੋਕ੍ਰੇਸੀ ਦੇ ਵਿੱਚ ਜਾਂ ਪੂਰੇ ਲੋਕਤੰਤਰ ਦੇ ਵਿੱਚ ਸਾਡਾ ਜਿਹੜਾ ਨਿਗਾਰ ਹੋ ਰਿਹਾ ਖਾਸ ਤੌਰ ਤੇ ਸਾਡੀ ਰੈਂਕਿੰਗ ਦੇ ਵਿੱਚ ਅਕਸਰ ਭਾਰਤ ਸਰਕਾਰ ਮੀਡੀਆ ਨੂੰ ਕਿਸੇ ਨਾ ਕਿਸੇ ਤਰੀਕੇ ਦੀਆਂ ਪਾਬੰਦੀਆਂ ਦੇ ਵਿੱਚ ਜਕੜਦੀ ਰਹਿੰਦੀ ਆ ਉਸ ਤੇ ਪਾਬੰਦੀਆਂ ਲਾਉਂਦੀ ਰਹਿੰਦੀ ਆ ਮਕਸਦ ਇਸ ਸਰਕਾਰ ਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਕੇਵਲ ਇੰਨਾ ਕੀ ਹੁੰਦਾ ਗੱਲਾਂ ਤਾਂ ਚਾਹੇ ਜਿੰਦੀਆਂ ਮਰਜ਼ੀ ਗੋਲ-ਗੋਲ ਕਰ ਲੈਣ ਇਹ ਕਹਿ ਦੇਣ ਕਿ ਸਾਡੀ ਤਾਂ ਡੈਮੋਕ੍ਰੇਸੀ ਬਹੁਤ ਵੱਡੀ ਹੈ ਜਾਂ ਸਾਡਾ ਭਾਰਤ ਤਾਂ ਡੈਮੋਕ੍ਰੇਸੀ ਦੀ ਮਾਂ ਇਸ ਤਰ੍ਹਾਂ ਦੀ ਗੱਲਾਂ ਇਹ ਬਹੁਤ ਕਰਦੇ ਆ ਪਰ ਜਦੋਂ ਰੀਅਲ ਫੈਕਟਸ ਆਉਂਦੇ ਨੇ ਜੋ ਤਾਂ ਅਸਲੀ ਗੱਲ ਆਉਂਦੀ ਆ ਕਿ ਕੀ ਅਸੀਂ ਮੀਡੀਆ ਨੂੰ ਬੋਲਣ ਦੇਣਾ ਉਹਨਾਂ ਨੂੰ ਜਿਹੜੀ ਫ੍ਰੀडम ਆਫ ਐਕਸਪ੍ਰੈਸ਼ਨ ਦੀ ਇੱਕ ਸੁਵਿਧਾ ਮਿਲੀ ਹੋਈ ਆ ਜਾਂ ਕਾਨੂੰਨੀ ਸਪੋਰਟ ਮਿਲੀ ਹੋਈ ਆ ਜਾਂ ਸੰਵਿਧਾਨ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਇਸ ਗੱਲ ਨੂੰ ਖਤਮ ਕਿਸ ਤਰ੍ਹਾਂ ਕਰਨਾ ਇਹ ਗੱਲ ਤੁਸੀਂ ਸਿੱਖੋ ਭਾਰਤ ਦੀ ਕੇਂਦਰ ਸਰਕਾਰ ਤੋਂ ਦਰਅਸਲ ਹੋਇਆ ਕੀ ਹੋਇਆ ਪਿਛਲੇ ਦਿਨਾਂ ਦੇ ਵਿੱਚ ਇਹ ਕਿ ਇਹਨਾਂ ਨੇ ਇੱਕ ਕਾਨੂੰਨ ਲੈ ਕੇ ਆਂਦਾ ਬਲਕਿ ਇੱਕ ਕਾਨੂੰਨ ਦੇ ਵਿੱਚ ਇਹਨਾਂ ਨੇ ਤਰਮੀਮ ਕੀਤੀ ਜਾਂ ਸੋਧ ਕੀਤੀ ਇਨਫੋਰਮੇਸ਼ਨ ਟੈਕਨੋਲੋਜੀ ਰੂਲਸ ਸੰਨ 2021 ਦੇ ਇਹਦੇ ਵਿੱਚ ਡਿਜੀਟਲ মিডিਆ ਦੀਆਂ ਲੈ ਕੇ ਉਹਨਾਂ ਲਈ ਐਥਿਕਸ ਕੋਡ ਬਣਾਇਆ ਗਿਆ ਔਰ ਇਸ ਸਾਰੀ ਪ੍ਰਕਿਰਿਆ ਨੂੰ ਕਿਹਾ ਗਿਆ ਫੈਕਟ ਚੈਕਸ ਯੂਨਿਟ ਯਾਨੀ ਕਿ ਐਫ ਸੀ ਯੂ ਇੱਕ ਫੈਕਟ ਚੈਕ ਯੂਨਿਟ ਹੋਊਗਾ ਜੋ ਇਹ ਦੇਖੇਗਾ ਜਿਹੜੇ YouTube ਚੈਨਲ ਆ ਕੋਈ Facebook ਤੇ ਆ ਕੋਈ X ਤੇ ਆ ਕੋਈ Twitter ਤੇ ਆ ਕੋਈ Instagram ਤੇ ਆ ਜਿਹੜੇ ਵੀ ਇਹ ਲੋਕ ਬੋਲਦੇ ਆ ਕਿ ਇਹਨਾਂ ਕੋਲੇ ਤੱਥ ਠੀਕ ਨਹੀਂ ਕੀ ਫੈਕਚੁਅਲੀ ਕਰੈਕਟ ਨੇ ਕਿ ਇਹ ਸੱਚ ਦੱਸ ਰਹੇ ਨੇ ਤੇ ਜੇ ਸੱਚ ਨਹੀਂ ਦੱਸ ਰਹੇ ਤੇ ਫਿਰ ਇਹ ਝੂਠੇ ਨੇ ਫੇਕ ਖਬਰਾਂ ਜਾਂ ਝੂਠੀਆਂ ਖਬਰਾਂ ਫੁਲਾ ਰਹੇ ਨੇ ਤੇ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮਕਸਦ ਇਸ ਤਰੀਕੇ ਦੇ ਨਾਲ ਇਸ ਨੂੰ ਅੱਗੇ ਲੈ ਕੇ ਆਂਦਾ ਗਿਆ ਮਕਸਦ ਤਾਂ ਇਹ ਦੱਸਿਆ ਗਿਆ ਕਿ ਅਸੀਂ ਫੇਕ ਨਿਊਜ਼ ਤੇ ਕਾਬੂ ਪਾਉਣਾ ਚਾਹੁੰਦੇ ਆ ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਇੰਟੈਂਸ਼ਨ ਕੀ ਹੈ ਇਹਨਾਂ ਦੀ ਮਨਸ਼ਾ ਕੀ ਹੈ ਇਸ ਸੋਧ ਦੇ ਜਰੀਏ ਦਰਅਸਲ ਇਹ YouTube ਚੈਨਲਸ ਹੋਣ Facebook ਚੈਨਲਸ ਹੋਣ ਜਾਂ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਜਿੰਨੇ ਵੀ ਕੋਈ ادارے ਚੱਲ ਰਿਹਾ ਔਰ ਕੱਲੇ ਖਬਰਾਂ ਵਾਲੇ ادارے ਨਹੀਂ ਜਿਹੜੇ ਮਜ਼ਾਈਆ ਕਲਾਕਾਰ ਨੇ ਜਿਹੜੇ ਕਿਸੇ ਉਤੇ ਤੰਜ ਕੱਸਦੇ ਨੇ ਜਿਸ ਤਰ੍ਹਾਂ ਕਿਸੇ ਦਾ ਪੋਲਿਟੀਕਲ ਮਜ਼ਾਕ ਬਣਾਉਂਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹ ਪੋਲਿਟੀਕਲ ਸਟਾਇਰਿਸਟ ਨੇ ਕਿਸੇ ਉਤੇ ਕੋਈ ਸਰਕਾਸਟਿਕ ਰਿਮਾਰਕਸ ਕਰਦੇ ਨੇ ਸੋ ਵਿਅੰਗ ਕਰਦੇ ਨੇ ਇਹ ਸਾਰੀਆਂ ਗੱਲਾਂ ਜਦੋਂ ਆਉਂਦੀ ਆ ਤੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਕੰਟਰੋਲ ਕਰਨਾ ਦਰਅਸਲ ਇਹਨਾਂ ਨੇ ਇੱਕ ਸ਼ਬਦ ਲਿਖਤਾ ਕਹਿੰਦੇ bizness of central government bizness of indian government ਜੇ ਕਿਸੇ ਵੀ ਚੀਜ਼ ਨਾਲ ਪ੍ਰਭਾਵਿਤ ਹੋਊਗਾ ਤੇ ਸਾਡਾ ਇਹ ਜਿਹੜਾ ਫੈਕਟ ਚੈੱਕ ਯੂਨਿਟ ਆ FCU ਇਹ ਦੇਖੇਗਾ ਤੇ ਉਸ ਤੋਂ ਬਾਅਦ ਇਸ ਉੱਤੇ ਫੈਸਲਾ ਲਿਆ ਜਾਊਗਾ ਤੇ ਜੇ ਫੈਸਲਾ ਠੀਕ ਹੋਇਆ ਕਿ ਇਸ ਕੰਟੈਂਟ ਨੂੰ ਸੋਸ਼ਲ ਮੀਡੀਆ ਤੋਂ ਰਿਮੂਵ ਕਰ ਦਿਓ ਹਟਾ ਦਿਓ ਫਿਰ ਇਹ ਜਿਹੜੀਆਂ ਕੰਪਨੀਆਂ ਵੱਡੇ ਵੱਡੇ ਇਹ ਸੋਸ਼ਲ ਮੀਡੀਆ ਦੇ ਪਲੈਟਫਾਰਮ ਚਲਾਉਂਦੀਆਂ ਨੇ ਤੇ ਫਿਰ ਇਹਨਾਂ ਨੂੰ ਅਸੀਂ ਅਪਰੋਚ ਕਰਾਂਗੇ ਤੇ ਇਹਨਾਂ ਨੂੰ ਕਹਾਂਗੇ ਹਟਾ ਦਿਓ ਉਹਨਾਂ ਕੋਲੇ ਕਿਸੇ ਤਰ੍ਹਾਂ ਦੀ ਕੋਈ ਆਪਸ਼ਨ ਹੀ ਨਹੀਂ ਹੈ ਉਹਨਾਂ ਨੂੰ ਪਤਾ ਕਿ ਸਾਡੇ ਤੇ ਕਾਨੂੰਨੀ ਕਾਰਵਾਈ ਹੋਊਗੀ ਤੇ ਉਹ ਫਟਾਫਟ ਹਟਾ ਦੇਣਗੇ ਇਹ ਮੰਸ਼ਾ ਸੀ ਹੁਣ ਇਸ ਮੰਸ਼ਾ ਤੇ ਪਾਣੀ ਕਿਨੇ ਫੇਰਤਾ ਫਿਰ ਇੱਕ ਵਾਰੀ ਭਾਰਤ ਦੇ ਚੀਫ ਜੱਜਿਸ ਡੀワイ ਚੰਦਰਚੂੜ ਅੱਗੇ ਆਏ ਇਹਨਾਂ ਦਾ ਤਿੰਨ ਜੱਜਿਸ ਦਾ ਬੈਂਚ ਸੀ ਸੁਪਰੀਮ ਕੋਰਟ ਦਾ ਨਾਲ ਇਹਨਾਂ ਦੇ ਜਸਟਿਸ ਜੇ ਵੀ 파ਰਦੀ ਵਾਲਾ ਸੀ ਤੇ ਨਾਲ ਹੀ ਜਸਟਿਸ ਮਨੋਜ ਮਿਸ਼ਰਾ ਸੀ ਇਹਨਾਂ ਤਿੰਨਾਂ ਨੇ ਇਸ ਸੋਤੇ ਰੋਕ ਲਾਤੀ ਕਹਿੰਦੇ ਬਿਲਕੁਲ ਇਹ ਨਹੀਂ ਹੋਣਾ ਇਹ ਫ੍ਰੀडम ਆਫ ਐਕਸਪ੍ਰੈਸ਼ਨ ਜਿਹੜੀ ਭਾਰਤ ਦੇ ਲੋਕਾਂ ਨੂੰ ਬੋਲਣ ਤੇ ਲਿਖਣ ਤੇ ਆਪਣੇ ਐਕਸਪ੍ਰੈਸ਼ਨ ਦੇਣ ਉੱਤੇ ਜਾਂ ਜੋ ਵੀ ਉਹ ਬੋਲਦੇ ਨੇ ਲਿਖਦੇ ਨੇ ਪੜ੍ਹਦੇ ਨੇ ਉਸ ਉੱਤੇ ਇੱਕ ਤਰ੍ਹਾਂ ਦੀ ਪਾਬੰਦੀ ਹੈ ਤੇ ਅਸੀਂ ਇਸ ਨੂੰ ਨਹੀਂ ਹੋਣ ਦੇਣਾ ਆਰਟੀਕਲ 19 ਆਰਟੀਕਲ 19 ਸੰਵਿਧਾਨ ਦਾ ਇਹ ਹੀ ਕੁਛ ਤਾਂ ਕਹਿੰਦਾ ਸੋ ਚੰਗੀ ਗੱਲ ਆ ਫੇਰ ਇੱਕ ਵਾਰੀ ਭਾਰਤ ਦੇ ਚੀਫ ਜਸਟਿਸ ਨੇ ਇਹ ਦਿਖਾਇਆ ਕਿ ਜੇ ਭਾਰਤ ਦੇ ਲੋਕਾਂ ਨੂੰ ਤੁਸੀਂ ਕਿਸੇ ਵੀ ਢੰਗ ਦੇ ਨਾਲ ਕੋਈ ਕਾਨੂੰਨ ਬਣਾ ਕੇ ਇਸ ਤਰ੍ਹਾਂ ਦਾ ਟੇਡਾ ਮੇਡਾ ਕਾਨੂੰਨ ਲਿਆ ਕੇ ਉਹਨਾਂ ਦੀ ਫ੍ਰੀडम ਆਫ ਸਪੀਚ ਨੂੰ ਜਾਂ ਐਕਸਪ੍ਰੈਸ਼ਨ ਨੂੰ ਰੋਕੋਗੇ ਤਾਂ ਫਿਰ ਸੁਪਰੀਮ ਕੋਰਟ ਅੱਖਾਂ ਮੀਚ ਕੇ ਨਹੀਂ ਬੈਠ ਸਕਦਾ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹੀ ਕੇਸ ਪਹਿਲਾਂ ਬੰਬੇ ਹਾਈ ਕੋਰਟ ਦੇ ਵਿੱਚ ਵੀ ਗਿਆ ਸੀ ਪਰ ਬੰਬੇ ਹਾਈ ਕੋਰਟ ਨੇ ਇਸ ਉੱਤੇ ਰੋਕ ਲਗਾਉਣ ਤੋਂ ਨਾ ਕਰਤੀ ਸੀ ਤੇ ਆਖਿਰਕਾਰ ਇਹਨਾਂ ਨੂੰ ਫਿਰ ਇਸ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਵੈਸੇ ਮੈਂ ਇਹ ਵੀ ਦੱਸਦਾ ਤੁਹਾਨੂੰ ਕਿ ਇਸ ਸੁਪਰੀਮ ਕੋਰਟ ਦੇ ਵਿੱਚ ਗਿਆ ਕੌਣ? ਕੁਨਾਲ ਕਮਰਾ ਦਾ ਤੁਸੀਂ ਨਾਂ ਸੁਣਿਆ ਹੋਣਾ। ਇਹ ਵੈਸੇ ਤਾਂ ਕਮੇਡੀਅਨ ਆ। ਵਿਅੰਗ ਕਰਦੇ ਨੇ, ਸਟੈਂਡ ਅਪ ਕਮੇਡੀਅਨ ਜਿਹਨੂੰ ਆਪਾਂ ਕਹਿ ਦਿੰਦੇ ਆ ਲੋਕਾਂ ਨੂੰ ਹਸਾਉਂਦੇ ਵੀ ਆ ਔਰ ਉਹਦੇ ਵਿੱਚ ਇਹਨਾਂ ਦੇ ਪੋਲੀਟੀਕਲ ਜਾਂ ਸਿਆਸੀ ਤੰਜ ਵੀ ਹੁੰਦੇ ਆ, ਵਿਅੰਗ ਹੁੰਦਾ, ਖਾਸ ਤੌਰ ਤੇ ਪੋਲੀਟੀਕਲ ਪਰਸੋਨੈਲਿਟੀਆਂ ਦੇ ਉੱਤੇ ਸਿਆਸਤਦਾਨਾਂ ਉੱਤੇ ਸੋ ਇਹਨਾਂ ਦਾ ਕਹਿਣਾ ਸੀ ਇਹ ਕੋਰਟ ਦੇ ਵਿੱਚ ਗਏ ਕਿ ਮੇਰੇ ਵਰਗੇ ਪ੍ਰੋਗਰਾਮਰ ਨੂੰ ਵੀ ਇਹ ਖਤਮ ਕਰਨਾ ਚਾਹੁੰਦੇ ਆ ਤੇ ਇਹਦੇ ਨਾਲ ਹੀ ਐਡੀਟਰਸ ਗਿਲਡ ਆਫ ਇੰਡੀਆ ਇਹ ਵੀ ਇਸੇ ਤਰ੍ਹਾਂ ਇਹਨਾਂ ਨੇ ਵੀ ਨਾਲ ਪਟੀਸ਼ਨ ਪਾਈ ਸੀ ਇਹਨਾਂ ਨੇ ਵੀ ਕਿਹਾ ਸੀ ਕਿ ਇਸ ਤਰ੍ਹਾਂ ਤਾਂ ਲੋਕਾਂ ਦੀ ਆਜ਼ਾਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਤੁਸੀਂ ਉਸ ਨੂੰ ਬਿਲਕੁਲ ਖਤਮ ਹੀ ਕਰ ਦੋਗੇ ਚੰਗੀ ਗੱਲ ਆ ਕਿ ਸੁਪਰੀਮ ਕੋਰਟ ਫੇਰ ਇੱਕ ਵਾਰੀ ਭਾਰਤ ਦੇ ਨਾਗਰਿਕਾਂ ਲਈ ਖੜਾ ਹੋਇਆ ਤੇ ਉਹਨਾਂ ਨੇ ਇਸ ਭਾਰਤ ਸਰਕਾਰ ਦੀ ਚਲਾਕੀ ਨੂੰ ਫੜ ਕੇ ਇਸ ਸੋਧ ਉੱਤੇ ਰੋਕ ਲਾਤੀ ਸਮਾਂ ਹੋ ਗਿਆ ਹੁਣ ਅੱਜ ਦੇ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜਾ ਤੁਸੀਂ ਬੀਤੇ ਪ੍ਰੋਗਰਾਮ ਜਿਹੜਾ ਬੀਤੇ ਕੱਲ੍ਹ ਵਾਲਾ ਪ੍ਰੋਗਰਾਮ ਸੀ ਉਸ ਲਈ ਸਾਨੂੰ ਭੇਜੇ ਸਰਬਜੀਤ ਸਿੰਘ ਨੇ ਇਹ ਇਹਨਾਂ ਦਾ ਅਕਾਊਂਟ ਆ ਤੇ ਇਹਨਾਂ ਨੇ ਮੈਨੂੰ ਲਿਖਿਆ ਕਿ ਰੰਧਾਵਾ ਸਾਹਿਬ ਜੀ ਬਸ 1 ਜੂਨ ਨੂੰ ਆਪਣੀ ਪਾਰਟੀ ਨੂੰ ਸ਼ੀਸ਼ਾ ਪੰਜਾਬੀ ਦਿਖਾ ਦੇਣਗੇ ਮੇਰਾ ਕਹਿਣ ਦਾ ਮਤਲਬ ਹੈ ਜੋ ਮੈਂ ਇਹਨਾਂ ਦੀ ਗੱਲ ਤੋਂ ਸਮਝਿਆ ਕਿ 1 ਜੂਨ ਨੂੰ ਕਿਉਂਕਿ ਪੰਜਾਬ ਦੀਆਂ ਵੋਟਾਂ ਪੈਣ ਵਾਲੀਆਂ ਨੇ ਲੋਕ ਸਭਾ ਦੀਆਂ ਸੋ ਇਹਨਾਂ ਨੂੰ ਲੱਗਦਾ ਕਿ 1 ਜੂਨ ਨੂੰ ਜਿਹੜੇ ਪੰਜਾਬ ਦੇ ਲੋਕ ਨੇ ਉਹ ਖੁੱਲ੍ਹ ਕੇ ਵੋਟਾਂ ਵੀ ਪਾਉਣਗੇ ਤੇ ਸ਼ੀਸ਼ਾ ਵੀ ਦਿਖਾ ਦੇਣਗੇ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਅਸੀਂ ਬਦਲਾਅ ਲੈ ਕੇ ਆਉਣਾ ਜਾਂ ਜਿਨ੍ਹਾਂ ਨੇ ਬਦਲਾਅ ਲੈ ਆਂਦਾ ਹੋ ਸਕਦਾ ਇਹਨਾਂ ਦਾ ਭਾਵ ਇਸ ਪਾਰਟੀ ਤੋਂ ਹੋਵੇ ਅਗਲਾ ਕਮੈਂਟਾ ਇਹ ਹੈ ਥੰਮਨ ਸਿੰਘ 8716 ਇਹ ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਲਿਖਿਆ ਕਹਿੰਦੇ ਮੁੱਖ ਮੰਤਰੀ ਨੂੰ ਤਾਂ ਇਸ ਬੱਚੇ ਦੀ ਰਾਖੀ ਕਰਨ ਵਾਸਤੇ ਪੂਰੀ ਵਾਹ ਲਾ ਦੇਣੀ ਚਾਹੀਦੀ ਹੈ ਸੰਗਰੂਰ ਵਾਲੀ ਲੋਕ ਸਭਾ ਦੀ ਸੀਟ ਮੂਸੇ ਵਾਲੀ ਦੀ ਵਜ੍ਹਾ ਕਰਕੇ ਗਵਾਈ ਸੀ ਹੁਣ ਕਿਤੇ ਮੁੱਖ ਮੰਤਰੀ ਗਲਤੀ ਨਾਲ ਵੀ ਬਲਕੌਰ ਸਿੰਘ ਨੂੰ ਤਕਲੀਫ ਨਾ ਆਉਣ ਦੇਣ ਸੋ ਇਹਨਾਂ ਦਾ ਇੱਕ ਤਰ੍ਹਾਂ ਦਾ ਸਰੋਕਾਰ ਆ ਇਹਨਾਂ ਦਾ ਕੰਸਰਨ ਆ ਕਿ ਬਲਕੌਰ ਸਿੰਘ ਔਰ ਚਰਨ ਕੌਰ ਦਾ ਜਿਹੜਾ ਬੱਚਾ ਆਇਆ ਉਸ ਦੇ ਖਿਲਾਫ ਜਿਸ ਤਰ੍ਹਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਜਾਂ ਵਿਵਾਦ ਚੱਲ ਰਿਹਾ ਜਾਂ ਦਸਤਾਵੇਜ਼ ਮੰਗੇ ਜਾ ਰਹੇ ਨੇ ਇਸ ਕਰਕੇ ਕਿਤੇ ਬੱਚੇ ਨੂੰ ਜਾਂ ਪਰਿਵਾਰ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬਲਕਿ ਭਗਵੰਤ ਮਾਨ ਸਰਕਾਰ ਨੂੰ ਤਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਗਲਾ ਕਮੈਂਟ ਹੈ ਮਨਜੀਤ ਕੌਰ ਦਾ ਇਹਨਾਂ ਨੇ ਕਿਹਾ ਕਿ ਬਲਕੌਰ ਸਿੰਘ ਨੇ ਕਿਹਾ ਸੀ ਕਿ ਯੂ-ਟਰਨ ਜ਼ਰੂਰ ਮਾਰਨਗੇ ਇਹ ਮੈਨੂੰ ਲੱਗਦਾ ਇਹਨਾਂ ਦਾ ਭਾਵ ਭਗਵੰਤ ਮਾਨ ਦੀ ਸਰਕਾਰ ਤੋਂ ਆ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਵਿਵਾਦ ਹੋਇਆ ਕਿ ਇਹਨਾਂ ਨੇ ਹੁਣ ਯੂ ਟਰਨ ਮਾਲ ਲਿਆ ਬਲਕਿ ਇਨਸਾਫ ਤਾਂ ਕੀ ਦਵਾਉਣਾ ਸੀ ਇਸ ਪਰਿਵਾਰ ਨੂੰ ਤੰਗ ਕਰਨਾ ਸ਼ੁਰੂ ਕਰਤਾ ਇਹ ਇਹਨਾਂ ਦਾ ਭਾਵ ਆ ਬਲਵਿੰਦਰ ਸਿੰਘ ਲਿਖਦੇ ਨੇ ਲੱਗਦਾ ਹੈ ਕਿ ਪੰਜਾਬ ਵਿੱਚ ਬਿਰੋਕ੍ਰੇਸੀ ਆਪਣੀ ਮਨਮਰਜ਼ੀ ਕਰਦੀ ਹੈ ਤੇ ਸੀਐਮ ਜਾਂ ਹੈਲਥ ਮਿਨਿਸਟਰ ਨੂੰ ਨਹੀਂ ਪੁੱਛਦੀ ਦੇਖੋ ਜਿਹੜਾ ਸਰਕੂਲਰ ਗਿਆ ਅਜੋਏ ਸ਼ਰਮਾ ਨੂੰ ਪ੍ਰਿੰਸੀਪਲ ਸੈਕਟਰੀ ਨੂੰ ਗਿਆ ਤਾਂ ਇਹੀ ਕੁਛ ਆ ਪੰਜਾਬ ਸਰਕਾਰ ਨੇ ਉਸ ਤੋਂ ਐਸੇ ਕਰਕੇ ਜਵਾਬ ਮੰਗਿਆ ਕਿ ਨਾ ਤਾਂ ਤੂੰ ਇਹ ਜਿਹੜੀ ਡਿਵੈਲਪਮੈਂਟ ਹੋਈ ਆ ਜਿਸ ਤਰ੍ਹਾਂ ਤੈਨੂੰ ਕੇਂਦਰ ਸਰਕਾਰ ਨੇ ਪੁੱਛਿਆ ਕਿ ਸਾਨੂੰ ਦਸਤਾਵੇਜ਼ ਦੋ ਇਸ ਬੱਚੇ ਬਾਰੇ ਨਾ ਤੁਸੀਂ ਹੈਲਥ ਮਨਿਸਟਰ ਨੂੰ ਪੁੱਛਿਆ ਤੇ ਨਾ ਹੀ ਤੁਸੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਭਰੋਸੇ ਦੇ ਵਿੱਚ ਲਿਆ ਗਲਤ ਆ ਇਹੀ ਲੱਗਦੀ ਹੈ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ